ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਮੈਨੂੰ ਪੰਜਾਬੀ ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਦੀ ਵੀਡੀਓ ਦੇ ਵਿੱਚ ਜੀ ਆਪਾਂ ਬਣਾਵਾਂਗੇ ਅਦਰਕ ਅਤੇ ਧਨੀਏ ਦੀ ਚਟਨੀ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਛੋਟੀ ਜਿਹੀ ਰਿਕੁਐਸਟ ਹੈ ਜੀ, ਮੇਰੇ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰਿਓ ਅਤੇ ਲਾਈਕ ਅਤੇ ਸ਼ੇਅਰ ਕਰਿਓ ਜੀ। ਅਤੇ ਲਓ ਜੀ ਆਪਾਂ ਸ਼ੁਰੂ ਕਰਦੇ ਹਾਂ ਚਟਨੀ ਬਣਾਉਣੀ। ਵੈਸੇ ਤਾਂ ਸਾਰੇ ਘਰਾਂ ਦੀ ਚਟਨੀ ਬਣਦੀ ਹੈ ਜੀ, ਅਤੇ ਪਰ ਸਭ ਤੋਂ ਮੇਰੇ ਵਾਸਤੇ ਖੁਸ਼ੀ ਦੀ ਗੱਲ ਇਹ ਮੈਂ ਤੁਹਾਨੂੰ ਦੱਸਣ ਲੱਗੀ ਹਾਂ। ਅਤੇ ਸਾਡੇ ਅਸੀਂ ਚਟਨੀ ਖਾ ਕੇ ਜ਼ਿਆਦਾ ਖੁਸ਼ ਹਾਂ ਸਾਰਾ ਪਰਿਵਾਰ ਹੀ। ਅਤੇ ਸਾਡੇ ਕੋਲ ਕੁੰਡਾ ਹੈ ਨਹੀਂ ਸੀਗਾ, ਕੁੰਡਾ ਸਾਡੇ ਕੋਲ ਇੰਡੀਆ ਤੋਂ ਲਿਆਂਦਾ ਹੋਇਆ ਹੈਗਾ ਸੀਗਾ, ਉੱਧਰ ਬੇਟੀ ਵੱਲ ਹੀ ਰਹਿ ਗਿਆ ਸਾਡੇ, ਉਹਨਾਂ ਨੂੰ ਦਿੱਤਾ। ਅਤੇ ਫਿਰ ਸਾਨੂੰ ਪੱਥਰ ਦਾ ਕੁੰਡਾ ਇੱਥੇ ਮਿਲਦਾ ਜੀ ਕੈਨੇਡਾ ਦੇ ਵਿੱਚ, ਅਤੇ ਪੱਥਰ ਦਾ ਸਾਨੂੰ ਪਸੰਦ ਨਹੀਂ ਸੀ। ਅਤੇ ਫਿਰ ਸਾਨੂੰ ਕੁਦਰਤ ਵੱਲੋਂ ਹੀ ਅਸੀਂ ਇੱਕ ਪੰਜਾਬੀ ਸਟੋਰ 'ਤੇ ਗਏ ਅਤੇ ਸਾਨੂੰ ਉੱਥੋਂ ਇਹ ਮਿੱਟੀ ਦਾ ਕੁੰਡਾ ਮਿਲ ਗਿਆ। ਪਹਿਲਾਂ ਵਾਲਾ ਕੁੰਡਾ ਵੀ ਅਸੀਂ ਇੰਡੀਆ ਤੋਂ ਲਿਆਂਦਾ ਸੀਗਾ, ਅਤੇ ਹੁਣ ਵੀ ਸਾਨੂੰ ਇਸ ਤਰ੍ਹਾਂ ਹੀ ਸੀਗਾ ਵੀ ਜੇ ਇੰਡੀਆ ਜਾਵਾਂਗੇ ਤਾਂ ਫਿਰ ਉੱਥੋਂ ਲਿਆਵਾਂਗੇ। ਅਤੇ ਸਾਨੂੰ ਮਿਲ ਗਿਆ ਜੀ ਕੱਲ੍ਹ ਕੁੰਡਾ ਇਹ, ਕੁੰਡਾ ਅਤੇ ਨਾਲ ਘੋੜਨਾ ਵੀ ਵਧੀਆ ਮਿਲ ਗਿਆ, ਅਤੇ ਵਧੀਆ ਹੀ ਪ੍ਰਾਈਜ਼ 'ਚ ਮਿਲਿਆ ਜੀ ਇਹ। ਅਤੇ ਸਾਨੂੰ ਬਹੁਤ ਹੀ ਖੁਸ਼ੀ ਹੋਈ ਇਹਦੀ ਕੁੰਡੇ ਦੀ, ਤਾਂ ਜਦੋਂ ਮਿਲਿਆ ਬਾਹਲਾ ਚਾਅ ਚੜਿਆ ਵੀ ਸਾਨੂੰ ਚਲੋ ਚਟਨੀ ਕੁੱਟਿਆ ਕਰਾਂਗੇ, ਕੁੰਡਾ ਮਿਲ ਗਿਆ ਇਹ, ਕਿਉਂਕਿ ਪੱਥਰ ਦੇ ਕੁੰਡੇ ਦੇ ਵਿੱਚ ਵਧੀਆ ਨਹੀਂ ਚਟਨੀ ਸਾਨੂੰ ਬਣਦੀ ਗਈ ਲੱਗਦੀ ਗੀ ਬਣੀ ਹੋਈ। ਅਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਜੀ ਮੇਰੇ ਵਾਸਤੇ ਵੀ ਸਾਨੂੰ ਕੁੰਡਾ ਮਿਲਿਆ ਜਿਹੜਾ ਨਵਾਂ ਇਹ ਅੱਜ ਇੰਡੀਆ ਵਾਲਾ ਮਿੱਟੀ ਦਾ ਕੁੰਡਾ। ਅਤੇ ਲਓ ਜੀ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਜੀ, ਹੁਣ ਚਟਨੀ ਕੁੱਟਦੇ ਹਾਂ ਅਤੇ ਆਪਾਂ ਇਹਨਾਂ ਨੂੰ ਸਾਰੇ ਸਮਾਨ ਨੂੰ ਪਾ ਲਾਂਗੇ ਕੁੰਡੇ ਦੇ ਵਿੱਚ। ਪਿਆਜ਼ ਜੇ ਆਪਾਂ ਨੂੰ ਵਧੀਆ ਲੱਗਦਾ ਤਾਂ ਪਾ ਸਕਦੇ, ਜੇ ਨਹੀਂ ਵਧੀਆ ਲੱਗਦਾ ਤਾਂ ਨਾ ਵੀ ਪਾਈਏ। ਵੈਸੇ ਚੂਣ ਚਟਨੀ ਤਾਂ ਆਪਣੇ ਪੰਜਾਬੀਆਂ ਦੇ ਹਰੇਕ ਘਰ ਹੀ ਬਣਦੀ ਹੈ ਜੀ ਚਟਨੀ ਤਾਂ। ਜਦੋਂ ਚਟਨੀ ਬਣੀ ਹੋਵੇ ਫਿਰ ਨਾਲ ਜੇ ਸਬਜ਼ੀ ਹੋਵੇ ਸਬਜ਼ੀ ਵੀ ਨਹੀਂ ਸਵਾਦ ਲੱਗਦੀ ਜੀ ਚਟਨੀ ਦੇ ਨਾਲ ਤਾਂ। ਇੱਕ ਚਮਚਾ ਲੂਣ ਦਾ ਪਾ ਲੈਂਦੇ ਹਾਂ ਵਿੱਚ ਆਪਾਂ, ਅਤੇ ਮਿਰਚ ਪਾ ਲਾਂਗੇ ਜੀ। ਵਾਹਿਗੁਰੂ ਜੀ ਖੁੱਲ੍ਹਾ ਦੇਣਾ ਇਹਨੂੰ। ਆਪਾਂ ਪਾਣੀ 'ਚ ਭਿਉਂ ਲਿਆ ਸੀਗਾ ਇੱਕ ਦਿਨ ਕੁੰਡੇ ਨੂੰ, ਪਾਣੀ 'ਚ ਭਿਉਂ ਕੇ ਅਤੇ ਉਸ ਤੋਂ ਬਾਅਦ ਫਿਰ ਇਹਨੂੰ ਤੇਲ ਨਾਲ ਚੋਪੜ ਕੇ ਰੱਖਤਾ ਸੀਗਾ ਰਾਤ। ਅਤੇ ਇਸ ਤਰ੍ਹਾਂ ਆਪਾਂ ਇਹਦੀ ਚਟਨੀ ਵਧੀਆ ਕੁੱਟ ਲਾਂਗੇ, ਕਿਉਂਕਿ ਇਹਦੇ ਵਿੱਚ ਜਦੋਂ ਆਪਾਂ ਚਟਨੀ ਨੂੰ ਰਗੜਾ ਲਾਉਂਦੇ ਹਾਂ ਗੋਲ ਘੁਮਾਉਂਦੇ ਹਾਂ ਤਾਂ ਉਦੋਂ ਇਸ ਮੁੰਡੇ ਦੇ ਵਿੱਚ ਵਧੀਆ ਬਣਦੀ ਹੈ ਚਟਨੀ ਇਹ। ਅਤੇ ਇਸ ਤਰ੍ਹਾਂ ਆਪਾਂ ਇਹਨੂੰ ਕੁੱਟ ਲਾਂਗੇ ਜੀ ਹੌਲੀ ਹੌਲੀ। ਲਓ ਜੀ ਚਟਨੀ ਬਣ ਗਈ, ਹੁਣ ਆਪਾਂ ਇਹਨੂੰ ਕੱਢ ਲਾਂਗੇ ਕੌਲੀ ਦੇ ਵਿੱਚ। ਇਹ ਸਬਜ਼ੀ ਨਾਲ ਵੀ ਸਵਾਦ ਲੱਗਦੀ ਹੈ ਚਟਨੀ ਜਦੋਂ ਬਣੀ ਹੁੰਦੀ ਹੈ, ਫਿਰ ਜੇ ਨਾਲ ਸਬਜ਼ੀ ਹੋਵੇ ਕੋਈ ਫਿਰ ਸਬਜ਼ੀ ਨਹੀਂ ਸਵਾਦ ਲੱਗਦੀ ਉਹ ਚਟਨੀ ਹੁੰਦੀ ਹੈ। ਹਾਂਜੀ ਚਟਨੀ ਆਪਣੀ ਬਣ ਗਈ ਅਦਰਕ ਅਤੇ ਧਨੀਏ ਦੀ, ਅਤੇ ਗਰਮ ਗਰਮ ਰੋਟੀ ਅਤੇ ਲੱਸੀ ਦਹੀਂ ਨਾਲ ਖਾ ਲਾਂਗੇ ਜੀ ਹੁਣ ਇਹਨੂੰ। ਅਤੇ ਸਾਨੂੰ ਦੱਸਿਓ ਜੀ ਕਮੈਂਟ ਕਰਕੇ ਕਿਵੇਂ ਜੀ ਬਣੀ ਵੀਡੀਓ, ਲਾਈਕ ਅਤੇ ਸ਼ੇਅਰ ਕਰਿਓ ਜੀ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ, ਬਹੁਤ ਬਹੁਤ ਸ਼ੁਕਰੀਆ ਜੀ।